ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਵਾਂਗੇ। ਖੋਆ ਪਾ ਕੇ, ਕਾਜੂ ਬਦਾਮ ਪਾਵਾਂਗੇ ਵਿੱਚ, ਖੋਪਾ ਅਤੇ ਮਗਜ਼ ਪਾਵਾਂਗੇ ਨਾਲੇ। ਆਟਾ ਆਪਾਂ ਛਾਣ ਕੇ ਰੱਖ ਲਿਆ ਚੌਲਾਂ ਦਾ, ਪਹਿਲਾਂ ਆਪਾਂ ਆਟਾ ਭੁੰਨਾਂਗੇ। ਆਪਣੀ ਅੱਗ ਬਾਲ ਪਈ ਅਤੇ ਕੜਾਹੀ ਧਰਾਂਗੇ। ਹੁਣ ਆਪਾਂ ਆਟਾ ਪਾਵਾਂਗੇ, ਘਿਓ ਆਪਾਂ ਹਜੇ ਨਹੀਂ ਪਾਉਂਦੇ, ਸੁੱਕਾ ਆਟਾ ਭੁੰਨਾਂਗੇ। ਚੌਲਾਂ ਦਾ ਆਟਾ ਹੌਲੀ ਹੌਲੀ ਮੱਠੀ ਮੁੱਠੀ ਅੱਗ 'ਤੇ ਭੁੰਨਾਂਗੇ ਆਪਾਂ, ਫਿਰ ਜੋ ਭੁੱਜ ਗਿਆ ਆਪਾਂ ਲਾ ਲਾਂਗੇ ਆਟਾ। ਲਓ ਆਪਣਾ ਆਟਾ ਭੁੱਜ ਗਿਆ ਚੌਲਾਂ ਦਾ, ਹੁਣ ਆਪਾਂ ਲਾਵਾਂਗੇ। ਹੁਣ ਆਪਾਂ ਵਿੱਚ ਘਿਓ ਪਾ ਦਿਆਂਗੇ ਦੇਸੀ। ਕੜਛੀ ਇੱਕ ਘਿਓ ਦੀ ਪਾਈ ਹੈ, ਗਰਮ ਕਰਿਆ ਗਾ ਆਪਾਂ, ਇਹਨੂੰ ਚੰਗੀ ਤਰ੍ਹਾਂ ਰਲਾ ਲਾਂਗੇ। ਹੁਣ ਆਪਾਂ ਇਹ ਰਲਾ ਲਿਆ ਅਤੇ ਹੁਣ ਬਾਕੀ ਦਾ ਸਮਾਨ ਆਪਾਂ ਤਿਆਰ ਕਰਦੇ ਹਾਂ। ਆਪਣਾ 100 ਗ੍ਰਾਮ ਖੋਆ ਹੈ ਅਤੇ ਇਹ ਆਪਾਂ ਦੁੱਧ 'ਚ ਮਿਲਾਵਾਂਗੇ। ਦੁੱਧ ਆਪਾਂ ਗਰਮ ਕਰਕੇ ਰੱਖਿਆ ਹੋਇਆ, ਵਾਲਾ ਦਵਾ ਕੇ ਰੱਖਿਆ ਹੋਇਆ ਦੁੱਧ ਨੂੰ। ਇਹਨੂੰ ਆਪਾਂ ਇਹਦੇ ਨਾਲ ਰਲਾ ਲਾਂਗੇ ਚੰਗੀ ਤਰ੍ਹਾਂ। ਥੋੜ੍ਹਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ। ਲਓ ਆਪਣਾ ਖੋਆ ਚੰਗੀ ਤਰ੍ਹਾਂ ਮਿਲ ਗਿਆ। ਲਓ ਅਤੇ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ, ਚੌਲਾਂ ਦੇ ਆਟੇ 'ਚ ਪਾ ਦਿਆਂਗੇ ਹੁਣ। ਆਪਾਂ ਕਾਜੂ ਬਦਾਮ ਦਾਖਾਂ ਵੀ ਪਾ ਦਿਆਂਗੇ, ਮਗਜ਼ ਖੋਪਾ, ਕਾਲੀਆਂ ਮਿਰਚਾਂ ਅਤੇ 2 ਵਿੱਚ ਲੌਂਗ ਤੋੜ ਕੇ ਪਾਏ ਹੋਏ ਹੈ ਅਤੇ ਇਲਾਇਚੀ ਪਾਈ ਹੋਈ ਹੈ। ਆਪਾਂ ਹੁਣ ਖੰਡ ਪਾਵਾਂਗੇ, ਪੀਸੀ ਖੰਡ ਹੈ। ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾਵਾਂਗੇ ਸਵਾਰ ਕੇ। ਚੰਗੀ ਤਰ੍ਹਾਂ ਮਿਲਾ ਲਿਆ ਅਤੇ ਹੁਣ ਇਹਦੇ ਆਪਾਂ ਪਿੰਨੀਆਂ ਬਣਾਵਾਂਗੇ।
ਲੋ ਪਿੰਨੀਆਂ ਆਪਣੀਆਂ ਬਣ ਗਈਆਂ ਚੌਲਾਂ ਦੀਆਂ ਬਹੁਤ ਵਧੀਆ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਹੁਤ ਵਧੀਆ ਬਣੀਆਂ ਗਈਆਂ ਬਹੁਤ ਵਧੀਆ ਬਣੀਆਂ ਇਹ ਸਾਰਾ ਕੁਛ ਪਾ ਕੇ ਖੋਆ ਖਾ ਪਾ ਕੇ ਬਹੁਤ ਵਧੀਆ ਬਣੀਆਂ ਅਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ।